ਫਾਜ ਕੈਂਡੀ ਅੱਜ ਆਪਣੇ 16 ਸਾਲ ਦੀ ਸੀ ਸਰ ਜੀ ਦਸਵੀਂ 'ਚ ਪੜ੍ਹਦੀ ਸਰ ਉਹਦੇ ਘਰਦਿਆਂ ਨੇ ਰਿਸਪੋਂਸ ਦਿੱਤਾ ਜੀ ਸਾਡੇ ਵੱਸੋਂ ਬਾਹਰ ਹੈ ਜੇ ਜੋ ਡੱਕ ਸਕਦੇ ਤੁਸੀਂ ਡੱਕੋ ਸਰ ਕੁੜੀਆਂ ਨੂੰ ਮੁੰਡੇ ਨੂੰ ਦਵਾਈ ਦੇ ਕੇ ਗਿਆ ਹੈ ਤਾਂ ਜਨਾਬ ਸਾਡੇ ਇੱਥੋਂ ਕੋਈ ਅਲੱਗ ਅਲੱਗ ਹਰਮ ਹਟਨੀ ਹੈ ਅੱਡੇ ਦਿੱਤੇ ਘਰ ਵਾਲਾ ਮੁੰਡੇ ਦਾ ਕੱਚਾ ਨਾਂ ਢੋਲੀ ਗਿਆ ਕੱਚੇ ਦੇ ਰਗਾਉਣ ਹੁੰਦੇ ਅਤੇ ਉਹ ਦਵਾਈ ਦੇ ਕੇ ਜਨਾਬ ਗਿਆ ਉਸ ਤੋਂ ਬਾਅਦ ਦਵਾਈ ਕੁੜੀਆਂ ਨੇ ਖਾਧੀ ਹੈ ਅਸੀਂ ਹੋਸਪਿਟਲ ਲੈ ਕੇ ਗਏ ਹਾਂ ਜਨਾਬ ਅਤੇ ਕੱਲ੍ਹ ਰਾਤ ਨੂੰ ਹੀ 2 ਵਜੇ ਸਰ ਸਰ ਕਹਿ ਨਹੀਂ ਸਕਦੇ ਹੁਣ ਜਿਹੜੀ ਆ ਵੀ ਉਹ ਆਪਣੇ ਸਫਾਜ ਕਹਿੰਦੀ ਅੱਜ ਆਪਣੇ 16 ਸਾਲ ਦੀ ਸੀ ਸਰ ਪੜ੍ਹਦੀ ਸੀ ਕੁੜੀ ਜੀ ਦਸਵੀਂ 'ਚ ਪੜ੍ਹਦੀ ਸਰ ਪਹਿਲੇ ਵੀ ਉਹਦੇ ਘਰ ਮੈਸੇਜ ਅਸੀਂ 1-2 ਵਜੇ ਦਿੱਤਾ ਸੀਗਾ ਉਹਦੇ ਘਰਦਿਆਂ ਨੇ ਰਿਸਪੋਂਸ ਦਿੱਤਾ ਸੀ ਕਿ ਸਾਡੇ ਵੱਸੋਂ ਬਾਹਰ ਹੈ ਜੇ ਜੋ ਡੱਕ ਸਕਦੇ ਤੁਸੀਂ ਡੱਕੋ ਸਰ ਹੁਣ ਉਹ ਮੁੰਡਾ ਸਰ ਕਹਿੰਦੀ ਆ ਵੀ ਥਾਣੇ ਵਾਲੇ ਲੱਗੇ ਨੇ ਤਾਂ ਸਾਨੂੰ ਕਿਹਾ ਵੀ ਸਾਡੀ ਸੁਣਵਾਈ ਕੀਤੀ ਜਾਵੇ ਜੋ ਸਾਡੀ ਕਾਰਵਾਈ ਬਣਦੀ ਸਰ ਉਹ ਕੀਤੀ ਜਾਵੇ ਕਿ ਸਾਰੇ ਪੈਰ ਸਾਡੀ ਹੱਥ ਜੁੜ ਵੀ ਉਹ ਪੈਂਦੀ ਹੈ ਕਿ ਕਾਰਵਾਈ ਕੀਤੀ ਜਾਵੇ ਸਾਡੀ ਮੰਗ ਪੁਲਿਸ ਨੂੰ ਵੀ ਹੋਈ ਆ ਅਤੇ ਪ੍ਰਸ਼ਾਸਨ ਨੂੰ ਵੀ ਜਨਾਬ ਇਹ ਹੋਈ ਆ ਕਿ ਜੋ ਕਾਰਵਾਈ ਬਣਦੀ ਆ ਉਹ ਮੁੰਡੇ 'ਤੇ ਕੀਤੀ ਜਾਵੇ ਸਾਡੀ ਇਹੋ ਬੇਨਤੀ ਸਾਡੇ ਕੋਲ ਇੱਕ ਆਪਣੇ ਆਪ ਤੋਂ ਇਨਫੋਰਮੇਸ਼ਨ ਆਈ ਸੀ ਵੀ 16 ਸਾਲ ਦੀ ਲੜਕੀ ਆ ਉਹਨੇ ਕੁਛ ਜ਼ਹਿਰੀਲੀ ਚੀਜ਼ ਖਾ ਲਈ ਆ ਅਤੇ ਕੱਲ੍ਹ ਪਤਾ ਲੱਗਾ ਕਿ ਉਹਦੀ ਲੜਕੀ ਦੀ ਡੈਥ ਹੋ ਗਈ ਹੈ ਸੋ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਅਸੀਂ ਕਾਰਵਾਈ ਕੀਤੀ ਆ 306 ICC ਦਾ ਜਿਹੜਾ ਮੁਕੱਦਮਾ ਦਰਜ ਕੀਤਾ ਢੋਲੀ ਨਾਂ ਦਾ ਲੜਕਾ ਪਨਿਆੜ ਪਿੰਡ ਦਾ ਹੀ ਜਿਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਮਸਲਾ ਤਾਂ ਉਹਨਾਂ ਨੇ ਪਰਿਵਾਰ ਵੱਲੋਂ ਤਾਂ ਇਹੀ ਦੋਸ਼ ਲਗਾਇਆ ਕਿ ਤੰਗ ਪਰੇਸ਼ਾਨ ਕਰਦਾ ਸੀਗਾ ਲੜਕੀ ਨੂੰ ਬਾਕੀ ਇਨਵੈਸਟੀਗੇਸ਼ਨ ਹੋਏਗੀ ਸਾਰੀ ਗੱਲ ਸਾਹਮਣੇ ਆ ਜਾਏਗੀ ਮੁੰਡੇ ਦੀ ਭਾਲ ਜਾ ਰਹੀ ਹੈ ਲੱਗਦਾ ਕਿ ਅਸੀਂ ਜਲਦੀ ਉਹਨੂੰ ਅਰੈਸਟ ਕਰ ਲਵਾਂਗੇ ਕਰੀਬ 16 ਸਾਲ ਦੇ ਆਸ ਪਾਸ ਮੁੰਡਾ ਇੱਕ ਦਿਨ 'ਚ ਗ੍ਰਿਫਤਾਰ ਹੋ ਜਾਏਗਾ ਭਾਲ ਜਾ ਰਹੀ ਹੈ ਡੈਡ ਬੋਡੀ ਕੱਲ੍ਹ ਪੋਸਟਮਾਰਟਮ ਹੋ ਗਿਆ ਸੀਗਾ ਅੱਜ ਦਾ ਕਮਿਸ਼ਨ ਹੋ ਜਾਏਗਾ ਕੋਈ ਮੇਰੇ ਧਿਆਨ 'ਚ ਇੱਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਬਾਕੀ ਪਤਾ ਕਰ ਲਵਾਂਗੇ ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਆਚਾਰੀਆ ਸੰਪਰਕ ਕਰੋ 9969000755 ਪਤਾ ਫਗਵਾੜਾ ਪੰਜਾਬ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਖੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ ਸੌਦਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਬਿਮਾਰੀ 'ਚ ਦਵਾ ਨਾ ਲੱਗਣਾ ਵਿਦੇਸ਼ 'ਚ ਪੱਕਾ ਹੋਣਾ ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ 9969000755